ਨੇਤਾ ਜੀ ਫੋਰਸਚ ਚ ਨੇ ਯਾ ਟੈਂਸ਼ਨ ਚ ਕਿਉਂਕਿ 10 ਮਾਰਚ ਬਹੁਤ ਹੀ ਦੂਰ ਨਹੀਂ ਹੈ ਨੇੜੇ ਹੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਬਰਨਾਲਾ ਤੋਂ ਆਮਾ ਦੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹਿਰ ਮੌਜੂਦ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਲਾਂਕਿ ਲੱਗ ਰਿਹਾ ਹੋ ਕਿ ਮੀਟਿੰਗ ਕਰ ਰਹੇ ਨੇ ਮੈਂ ਕਹਾਂਗਾ ਤਸਵੀਰਾਂ ਸਾਂਝੇ ਕੀਤੀ ਜਾਣ ਕਿਉਂਕਿ ਜਿੰਨੇ ਵੀ ਉਮੀਦਵਾਰਾਂ ਨੂੰ ਮਿਲ ਰਹੇ ਆਂ ਜ਼ਿਆਦਾ ਤੋਂ ਜ਼ਿਆਦਾਤਰ ਮੀਟਿੰਗਾਂ ਹੀ ਕਰ ਰਹੇ ਨੇ ਮੀਤ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸੋ ਸਵਾਗਤ ਹੈ ਤੁਹਾਡਾ ਜੀ ਮੀਡੀਆ ਦਾ ਧੰਨਵਾਦ ਗੁਰਪ੍ਰੀਤ ਜੀ ਤੇ ਸਾਰੇ ਜੀ ਮੀਡੀਆ ਦੇ ਸਰੋ ਤੇ ਆ ਮੀਟਿੰਗ ਚੱਲ ਰਹੀ ਹੈ ਰੂਟੀਨ ਵਾਈਜ਼ ਜਾਂ ਫਿਰ ਅੱਜ ਘਰੋਂ ਕਿ ਕਿੰਨੇ ਕਿੰਨੇ ਕ'ਜੇ ਨਿਕਲਿਓ ਕਿਉਂਕਿ ਅੱਜ ਦਾ ਦਿਨ ਹੈ ਬੇहद ਰਿਲੈਕਸੇਸ਼ਨ ਮਾਈਂਡ ਦਾ ਹੁੰਦਾ ਕਿਉਂਕਿ ਓਟਾਂ ਤਾਂ ਕਾਫੀ ਪ੍ਰੈਸ਼ਰਾਈਜ਼ ਹੁੰਦਾ ਹਾਂ ਦੇਖੋ ਰੂਟੀਨ ਤਾਂ ਮੇਰਾ ਪਿਛਲੇ 5 ਸਾਲ ਤੋਂ ਲਾਸਟ ਵੀ ਜਦੋਂ ਮੈਂ ਐਮਐਲਏ ਸੀ ਉਦੋਂ ਵੀ ਇਹੀ ਚੱਲਦਾ ਸੀ ਕਿ ਸਵੇਰ ਅਰਲੀ ਉੱਠ ਕੇ ਤਿਆਰ ਹੋਣਾ ਲੋਕਾਂ ਨੂੰ ਮਿਲਣਾ ਪਰ ਇਹ ਹੈ ਵੀ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਉਦੋਂ ਤੁਹਾਡੇ ਦਿਮਾਗ 'ਚ ਨੇਚਰਲ ਸਟ्रेस ਵੀ ਹੁੰਦੀ ਹੈ ਤੇ ਬੜੀਆਂ ਗੱਲਾਂ ਵੀ ਦਿਮਾਗ 'ਚ ਚੱਲ ਰਹੀਆਂ ਹੁੰਦੀਆਂ ਖਾਸ ਤੌਰ 'ਤੇ ਜਿਹੜੇ ਲਾਸਟ ਇੱਕ ਦੋ ਮਹੀਨੇ ਹੁੰਦੇ ਆਗੇ ਹਨ 15 20 ਦਿਨ ਤਾਂ ਬਹੁਤ ਹੀ ਜ਼ਿਆਦਾ ਹੁੰਦਾ ਚਲੋ ਇਲੈਕਸ਼ਨ ਕੱਲ ਨਿਬੜ ਗਈ ਤੇ ਥੋੜੇ ਰਿਲੈਕਸ ਵੀ ਆ ਸੋ ਅੱਜ ਸਾਰੇ ਜਿੰਨੇ ਮੈਂ ਪਹਿਲਾਂ ਵੀ ਸ਼ਹਿਰ ਚ ਸਾਰੇ ਵਰਕਰਾਂ ਦੀਆਂ ਮੀਟਿੰਗਸ ਕਰਕੇ ਆਇਆ ਜਿਹੜਾ ਸਾਡਾ ਮੇਨ ਦਫ਼ਤਰ ਸੀ ਉੱਥੇ ਸ਼ਹਿਰ ਦੇ ਵਰਕਰ ਨੂੰ ਬੁਲਾ ਕੇ ਧੰਨਵਾਦ ਕਰਕੇ ਆਇਆ ਪਿੰਡਾਂ ਦੇ ਵਰਕਰ ਘਰੇ ਆ ਕੇ ਬਹੁਤ ਸੁਭਾ ਮਿਲੇ ਤੇ ਇਸ ਤੋਂ ਬਾਅਦ ਧਨੋਲੇ ਜਾਣਾ ਤੇ ਇੱਥੇ ਵੀ ਸਾਡਾ ਜਿੰਨੇ ਇੱਥੇ ਸਾਥੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਇੰਡਸਟਰੀਅਲ ਚੈਂਬਰ ਤੋਂ ਮੀਜਾ ਜੀ ਵਰਗੇ ਹੋਰ ਸਾਰੇ ਬਬਲਾ ਜੀ ਸਾਰੇ ਇੱਥੇ ਜਿਹੜੇ ਭਰਾ ਨੇ ਮੇਰੇ ਸਤਿਕਾਰਯੋਗ ਨੇ ਉਹ ਇੱਥੇ ਬੈਠੇ ਆ ਉਹਨਾਂ ਦੇ ਨਾਲ ਹੀ ਹੁਣ ਗੱਲਾਂ ਬਾਤਾਂ ਧੰਨਵਾਦ ਕਰੀਏ ਕਿ ਨੇਤਾ ਜੀ ਫਰਸਤ ਚ ਨਹੀਂ ਹੈਗੇ ਟੈਨਸ਼ਨ ਤੇ ਲੱਗ ਰਹੇ ਨੇ ਮੈਨੂੰ ਹਾਲਾਂਕਿ ਟੈਨਸ਼ਨ 10 ਮਾਰਚ ਦੀ ਹੈ ਜਾਂ ਫਿਰ ਰੁਟੀਨ ਦੇ ਕੰਮ ਕਰ ਜਿੱਦਾਂ ਚੱਲ ਰਹੇ ਨੇ ਉਹਨਾਂ ਦੀ ਨਹੀਂ ਟੈਨਸ਼ਨ ਕੋਈ ਨਹੀਂ ਜਿਹੜਾ ਨਾ ਬੱਚਾ ਸਾਰਾ ਸਾਲ ਪੜਦਾ ਉਹਨੂੰ ਰਿਜ਼ਲਟ ਤੋਂ ਪਹਿਲਾਂ ਟੈਨਸ਼ਨ ਨਹੀਂ ਹੁੰਦੀ ਜਿਨੇ ਇਹ ਹੁੰਦਾ ਵੀ ਇੱਕ ਰਾਤ ਪਹਿਲਾਂ ਪੜਾਂਗੇ ਪਰਚੀਆਂ ਨਾਲ ਪੇਪਰ ਕਰ ਲਾਂਗੇ ਜਾਂ ਉਹਦੇ ਚੋਂ ਆ ਗਿਆ ਜਾਂ ਗਾਈਡ ਲੈ ਲਈ ਦੂਸਵਾਲ ਉਹਦੇ ਚੋਂ ਆ ਗਿਆ ਤਾਂ ਠੀਕ ਹੈ ਨਹੀਂ ਦੇਖੀ ਜਾਊਗਾ ਹਨਾ ਉਹਨੂੰ ਪਤਾ ਨਹੀਂ ਹੁੰਦਾ ਕਿ ਰਿਜ਼ਲਟ ਕਿਦਾਂ ਦਾ ਆਊਗਾ ਪਰ ਅਸੀਂ ਦੇਖੋ 5 ਸਾਲ ਮਿਹਨਤ ਕੀਤੀ ਹੈ ਲੋਕਾਂ ਦੇ ਵਿੱਚ ਰਹੇ ਹਾਂ ਸੋ ਮੈਨੂੰ ਪਤਾ ਬਰਨਾਲੇ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਕੱਲ ਦੇ ਰੁਝਾਨ ਤੋਂ ਪਤਾ ਲੱਗਦਾ 100% ਬਰਨਾਲਾ ਸੀਟ ਵੀ ਅਸੀਂ ਜਿੱਤ ਰਹਾਂਗੇ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਆ ਬਣਨ ਜਾ ਰਹੀ ਹੈ ਸੋ ਟੈਨਸ਼ਨ ਕੋਈ ਨਹੀਂ ਬੜੇ ਰਿਲੈਕਸ ਆ ਸੋ ਕੀ ਲੱਗਦਾ ਹੈ ਕਿਉਂਕਿ ਹੁਣ ਟਾਈਮ ਸਪੈਂਡ ਕਰਨਾ ਤੁਹਾਨੂੰ ਕਿਦਾਂ ਦਾ ਮਤਲਬ ਕਿ ਟਾਈਮ ਸਪੈਂਡ ਕਰੋਗੇ ਨੇਚਰਲੀ ਤੌਰ ਤੇ ਹੈ ਦਿ ਦਾ ਕਿਵੇਂ ਦਾ ਸ਼ਡਿਊਲ ਤੁਹਾਡਾ ਰਹੂਗਾ ਹੁਣ ਤੋਂ 10 ਮਾਰਚ ਤੱਕ ਦਾ ਇੱਥੇ ਰਵਾਂਗੇ ਜੀ ਜੋ ਰੂਟੀਨ ਹੈ ਦਫ਼ਤਰ ਵੀ ਮੈਂ ਅੱਜ ਵੀ ਬੈਠਿਆ ਤੇ ਰੋਜ਼ ਰੂਟੀਨ 'ਚ ਮੈਂ ਦਫ਼ਤਰ ਬੈਠਦਾ ਹੀ ਬੈਠਦਾ ਐਤਵਾਰ ਨੂੰ ਮੈਂ ਦਫ਼ਤਰ ਨਹੀਂ ਬੈਠਦਾ ਅੱਗੇ ਵੀ ਕਿਉਂਕਿ ਐਤਵਾਰ ਨੂੰ ਪ੍ਰੋਗਰਾਮ ਜ਼ਿਆਦਾ ਹੁੰਦੇ ਨੇਗੇ ਪੂ ਪੂ ਜਾਉ ਹੋ ਜਿਹੜੇ ਕਿਸਦੇ ਦੁੱਖ ਸੁੱਖ ਚ ਜਾਣਾ ਐਤਵਾਰ ਨੂੰ ਮੈਂ ਜਿਆਦਾ ਮਤਲਬ ਕਿ ਸਵੇਰ ਅਰਲੀ ਨਿਕਲ ਜਾਣਾ ਬਾਹਰ ਹੀ ਹੁਣਾ ਬਾਕੀ ਮੈਂ ਮੰਡੇ ਟਿਊਜ਼ਡੇ ਦਫ਼ਤਰ ਬੈਠਾ ਦਫ਼ਤਰ ਬੈਠਾਂਗੇ ਤੇ ਬਾਕੀ ਮੇਰਾ ਪਲਾਨ ਹੈ ਵੀ ਪਿੰਡ ਪਿੰਡ ਜਾ ਕੇ ਜਿਹੜੇ ਵਰਕਰਸ ਆ ਉਹਨਾਂ ਨਾਲ ਮੀਟਿੰਗ ਕਰਕੇ ਕਿਉਂਕਿ ਬੜਾ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਜੋਰ ਲਾਇਆ ਕਿਉਂਕਿ ਆਪਾਂ ਕਿਹੜਾ ਭਈ ਕੋਈ ਸ਼ਰਾਬ ਪੈਸਾ ਵੰਡਿਆਗਾ ਹਨਾ ਬੜੇ ਜਨੂਨ ਨਾਲ ਸਾਰੇ ਮੁੰਡੇ ਲੱਗੇ ਹੋਏ ਸੀ ਸੋ ਮੇਰਾ ਉਹ ਹੈ ਵੀ ਸਾਰਿਆਂ ਦੇ ਨਾਲ ਜਾ ਕੇ ਪਿੰਡ ਪਿੰਡ ਜਾ ਕੇ ਧੰਨਵਾਦ ਕਰਨਾ ਅੱਛਾ ਆ ਫੈਮਿਲੀ ਨੂੰ ਟਾਈਮ ਹੈ ਯਾਨੀ ਕਿ ਫੈਮਿਲੀ ਨੂੰ ਹੁਣ ਫਿਰ ਕੋਈ ਟਾਈਮ ਵਗੈਰਾ ਕੋਈ ਫਿਕਸ ਹੈਗਾ ਕਿਉਂਕਿ ਡੇਲੀ ਰੁਟੀਨ ਦੇ ਤਹਿਤ ਹਾਲਾਂਕਿ ਵੈਸੇ ਤਾਂ ਵੋਟਾਂ ਦੇ ਦਿਨਾਂ ਦੇ ਵਿੱਚ ਕਾਫੀ ਬਿਜ਼ੀ ਸ਼ੈਡਿਊਲ ਹੁੰਦਾ ਹੈ ਲੇਕਿਨ ਅੱਜ ਫੈਮਿਲੀ ਨੂੰ ਟਾਈਮ ਦੇਣ ਦਾ ਨਹੀਂ ਸੋਚਿਆ ਕਿ ਅੱਜ ਫੈਮਿਲੀ ਨੂੰ ਟਾਈਮ ਦਿੱਤਾ ਜਾਵੇ ਫੈਮਿਲੀ ਨੂੰ ਟਾਈਮ ਤਾਂ ਇਲੈਕਸ਼ਨ ਦਾ ਟਾਈਮ ਤਾਂ ਤੁਹਾਨੂੰ ਪਤਾ ਦੇ ਨਹੀਂ ਹੁੰਦਾ ਸੋ ਇਹ ਹੈ ਵੀ ਕੱਲ ਮੈਂ ਮੈਨੂੰ ਲੱਗਦਾ ਵੀ ਕਟੂਗੜ 2 ਮਹੀਨੇ ਬਾਅਦ ਵੀ ਮੈਂ ਕੱਲ ਸ਼ਾਮ ਨੂੰ ਤਕਰੀਬਨ 9:00 ਵਜੇ ਫੈਮਲੀ ਦੇ ਨਾਲ ਅੱਧਾ ਘੰਟਾ ਬੈਠਿਆ ਹਾਂਗਾ ਨਹੀਂ ਤਾਂ ਰਾਤ 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 ਬੈਠੇ ਸੀ ਰਾਤ ਬੈਠੇ ਸੀ ਤੇ ਅੱਜ ਸਵੇਰ ਤੋਂ ਫੇਰ ਨਹੀਂ ਬੈਠਿਆ ਹਾਂ ਚਲੋ ਕੋਈ ਨਹੀਂ ਮੇਰੇ ਭੈਣ ਵਰਗੇ ਆਏ ਹੋਏ ਨੇ ਤਿੰਨੋ ਸਿਸਟਰ ਮੇਰੇ ਵੱਡੇ ਨੇ ਤਿੰਨੋ ਬਾਹਰ ਨੇ اچھا ਤੇ ਉਹ ਹੁਣ ਇੰਡੀਆ ਆਏ ਨੇਗੇ ਉਹਨਾਂ ਦੇ ਨਾਲ ਇਹ ਹੈ ਵੀ ਕਦੇ ਇੱਕ ਅੱਧਾ ਦਿਨ ਕੋਈ ਪਲਾਨ ਕਰਦੇ ਕਿਤੇ ਕੋਈ ਫੇਰਾ ਹਾਂਗਾ ਸੋਹਣਾਂ ਜ਼ਿਕਰ ਸਿਆਸੀ ਥੋੜੀ ਜੀ ਗੱਲ ਕਰ ਲਈਏ ਤਾਂ ਕੀ ਲੱਗਦਾ ਤੁਹਾਨੂੰ ਕਿ ਬਰਨਾਲਾ ਦੇ ਵਿੱਚ ਤੁਸੀਂ ਪਹਿਲਾਂ ਵੀ 5 ਸਾਲ ਹਟਾਏ ਨੇ ਹੁਣ ਤੇ ਲੱਗਦਾ ਕਿ ਲੋਕ ਉਸ ਹਿਸਾਬ ਦੇ ਨਾਲ ਫਤਵਾ ਸੁਣਾਉਣਗੇ 10 ਮਾਰਚ ਨੂੰ 100% 100% ਤਾਂ ਦੇਖੋ ਹੁਣ ਕੱਲੀ ਮਾਰਜਨ ਦੀ ਗੱਲ ਹੈ ਵੀ ਕਿੰਨਾ ਆਉਂਦਾਗਾ ਪਰ ਲੋਕਾਂ ਨੇ ਫਤਵਾ ਜਿਹੜਾ ਸੁਣਾ ਦਿੱਤਾ ਲੋਕਾਂ ਨੇ ਮੂਹਰ ਲਾ ਦਿੱਤੀ ਆ ਦਾ ਸਿਰਫ ਐਲਾਨ ਹੋਣਾ ਹੈ 10 ਮਾਰਚ ਨੂੰ ਕਿਉਂਕਿ ਇਹ ਇਕੱਲੇ ਬਰਨਾਲੇ 'ਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਲੋਕ ਬਦਲਾ ਚਾਹੁੰਦੇ ਸੀ ਲੋਕਾਂ 'ਚ ਇੱਕ ਭਾਵਨਾ ਸੀ ਵੀ ਜੇ ਆਮ ਆਦਮੀ ਪਾਰਟੀ ਦਿੱਲੀ ਚ ਕਰਪਸ਼ਨ ਫਰੀ ਜਿਹੜਾ ਸਟੇਟ ਹੈ ਬਣਾ ਸਕਦੀ ਹੈ ਸਕੂਲ ਹਸਪੀਟਲ ਬਣਾ ਸਕਦੀ ਹੈ ਤਾਂ ਲੋਕਾਂ ਨੇ ਉਹੀ ਉਮੀਦ ਦੇ ਨਾਲ ਪੰਜਾਬ ਦੇ ਵਿੱਚ ਵੋਟਾਂ ਪਾਈਆਂ ਨੇ ਤੇ ਗੁਰਪ੍ਰੀਤ ਜੀ ਅਸੀਂ ਇਹ ਵਾਅਦਾ ਵੀ ਕਰਦੇ ਹਾਂ ਪੰਜਾਬ ਦੇ ਲੋਕਾਂ ਦੇ ਨਾਲ ਕਿਉਂਕਿ ਲੋਕਾਂ ਨੇ ਬਹਿਣਾ ਪੈਸੇ ਸ਼ਰਾਬ ਤੋਂ ਇਮਾਨਦਾਰੀ ਦੇ ਨਾਲ ਸਾਡਾ ਸਾਥ ਦਿੱਤਾ ਕਿਉਂਕਿ ਉਹਨਾਂ ਨੂੰ ਉਮੀਦ ਹੈ ਵੀ ਇਹ ਪੰਜਾਬ ਨੂੰ ਸੁਧਾਰਨਗੇ ਤੇ ਵਾਅਦਾ ਵੀ ਲੋਕਾਂ ਦੀ ਉਮੀਦ ਅਸੀਂ ਟੁੱਟਣ ਨਹੀਂ ਦਿੰਦੇ ਨਾ ਅਸੀਂ ਦਿੱਲੀ ਜੀ ਟੁੱਟਣ ਦਿੱਤੀ ਹੈ ਇਸੇ ਕਰਕੇ ਤੇ ਜੀ ਆਰੀ ਸਰਕਾਰ ਹੈ ਨਾ ਪੰਜਾਬ ਟੁੱਟਣ ਦੇਵਾਂਗੇ ਅੱਛਾ ਖਾਸ ਤੌਰ ਤੇ ਮੀਤ ਜੀ ਮੈਂ ਵੈਸੇ ਪੂਰੇ ਪੰਜਾਬ ਦਾ ਹੀ ਦौरा ਕੀਤਾ ਹੈ ਇਲੈਕਸ਼ਨ ਦੇ ਮੱਦੇ ਨਜ਼ਰ ਤੁਹਾਡੀ ਵੈਸੇ ਚਰਚਾ ਬਹੁਤ ਹੈ ਕਿ ਬਰਨਾਲੇ ਤੋਂ ਦਾ ਪੱਕੀ ਸੀਟ ਹੈ ਜੇ ਆ ਉਹ ਵਿਰੋਧੀ ਵੀ ਸ਼ਾਇਦ ਮੇਰੇ ਹਸਾਬ ਦੇ ਨਾਲ ਹੀ ਜ਼ਿਕਰ ਕਰ ਰਹੇ ਨੇ ਤਾਂ ਕੀ ਲੱਗਦਾ ਹੈ ਕਿ ਉਹ ਸਲੀਅਤ ਦੇ ਵਿੱਚ ਤਬਦੀਲ ਹੋਊਗੀ 100% 100% ਕਿੰਨੀਆਂ ਵੋਟਾਂ ਤੇ ਮੈਂ ਦੇਖੋ ਮਾਰਜਨ ਦਾ ਕੁਝ ਨਹੀਂ ਕਹਿੰਦਾ ਮਾਰਜਨ ਦਾ ਤਾਂ ਚਲੋ ਘੜਦੇ ਵੜਦੇ ਰਹਿੰਦੇ ਆ ਪਰ ਆਮ ਆਦਮੀ ਪਾਰਟੀ ਨੂੰ ਲੋਕ ਪਿਆਰ ਕਰਦੇ ਆ ਤੇ ਮੈਂ ਬਰਨਾਲੇ ਦਾ ਪੁੱਤਾਂ ਇੱਥੋਂ ਹੀ ਰਹਿਣ ਵਾਲਾ ਇੱਥੇ ਜੰਮਿਆ ਇੱਥੇ ਪੜ੍ਹਿਆ ਹਨਾ ਤੇ ਮੀਤ 20 ਤੋਂ ਪਹਿਲਾਂ ਵੀ ਇੱਥੇ ਸੀ ਤੇ ਅੱਜ ਕੀ ਹੋ ਗਈ ਮੀਤ ਅੱਜ ਵੀ ਇੱਥੇ ਆ ਤੇ ਮੀਤ ਨੇ 10 ਮਾਰਚ ਨੂੰ ਵੀ ਇੱਥੇ ਹੁਣ ਤੋਂ ਬਾਅਦ ਵੀ ਇੱਥੇ ਹੁਣ ਲੋਕਾਂ ਨੂੰ ਪਤਾ ਹੈ ਵੀ ਜਿਹੜੇ ਆ ਦਿੱਲੀ ਦੁੱਲੀ ਤੋਂ ਆਏ ਇੱਥੇ ਇਲੈਕਸ਼ਨ ਲੜਦੇ ਫਿਰਦੇ ਸੀ ਲੋਕਾਂ ਨੂੰ ਪਤਾ ਸੀ ਵੀ 20 ਤੱਕ ਆ ਅੱਜ ਲੱਭ ਕੇ ਦਿਖਾ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਕਿੱਥੇ ਆ ਅਸੀਂ ਇਕੱਲੇ ਲੋਕਾਂ ਚ ਮੈਂ ਉਸ ਦਿਨ ਵੀ ਬਾਜ਼ਾਰ ਚ ਵੀ ਖੜ ਕੇ ਕਿਹਾ ਸਾਡਾ ਜਿਹੜਾ ਛੱਤਾਂ ਕੁਆ ਇਹ ਮੀਤ ਦੀ ਜਨਮ ਭੂਮੀ ਇਹ ਹੈ ਹਮ ਕਰਮ ਭੂਮੀ ਵੀ ਇਹ ਹੈ ਤੇ ਮੀਤ ਦੀ ਮਰਨ ਭੂਮੀ ਵੀ ਇਹੀ ਰਹੂਗੀ ਹਣਾ ਇੱਥੇ ਇੱਥੇ ਜੰਮੇ ਇੱਥੇ ਮਰਨਾ ਲੋਕਾਂ ਦੀ ਸੇਵਾ ਕਰਨੀ ਹੈ ਬਿਲਕੁਲ ਬਿਲਕੁਲ ਅੱਛਾ ਖਾਸ ਤੌਰ ਤੇ ਕੋਈ ਸ਼ੌਂਕ ਤੁਹਾਨੂੰ ਜਿਹੜਾ ਹੁਣ ਫ੍ਰੀ ਟਾਈਮ ਦੇ ਵਿੱਚ ਤੁਸੀਂ ਉਸੇ ਸਾਧਨ ਨਾਲ ਸਪੈਂਡ ਕਰਨਾ ਚਾਹੋ ਜਿਵੇਂ ਅ ਬੁੱਕਾਂ ਪੜ੍ਹਨਾ ਹੁੰਦਾ ਹੈ ਨਾ ਕਿਤਾਬਾਂ ਪੜ੍ਹਨਾ ਹੁੰਦਾ ਜਾਂ ਫਿਰ ਤੁਹਾਨੂੰ ਬੇਸਿਕਲੀ ਪਰਸਨ ਕੀ ਸ਼ੌਂਕ ਨੇ ਜਿਸ ਦੇ ਤਹਿਤ ਹੁਣ ਤੁਸੀਂ ਫੁਰਸਤ ਦੇ ਵਿੱਚ ਉਸ ਜੀ ਨੂੰ ਸਮਾਂ ਦੇ ਪਾਉਗੇ ਕ੍ਰਿਕਟ ਨਹੀਂ ਖੇਡਿਆ ਤਿੰਨ ਮਹੀਨੇ ਹੋ ਗਏ ਅੱਛਾ ਹੁਣ ਕ੍ਰਿਕਟ ਖੇਡਣੀ ਹੈ ਮੈਂ ਕਿਉਂਕਿ ਅਗੇ ਰੈਗੂਲ ਸੈਟਰਡੇ ਨੂੰ ਕਿਉਂਕਿ ਸੰਡੇ ਜ਼ਿਆਦਾ ਵਿਹੜੀ ਹੁੰਦਾ ক্রিকেট ਖੇਡਦਾ ਇੱਥੇ ਬਰਨਾਲਾ ਅਕੈਡਮੀ ਹੈ ਤੇ ਮੈਂ ਉੱਥੇ ਜਾਣਾ ਰੈਗੂਲਰ ਅਸੀਂ ਖੇਡਦੇ ਆ ਤੇ ਹੁਣ ਮੈਨੂੰ ਇਹ ਹੈ ਵੀ ਆ ਸੈਟਰਡੇ ਆਵੇ ਤਾਂ ক্রিকেট ਹੈ ਜਿਹੜੀ ਉਹ ਜ਼ਰੂਰ ਖੇਡਾਂਗੇ ਲਾਵਾਂਗੇ ਮੈਚ ਅੱਛਾ ਮੇਰੇ ਕੋਲ ਥੋੜੇ ਸ ਦੇ ਪਲਾਨ ਦੇ ਵਿੱਚ ਹੁਣ ক্রিকেট ਖੇਡਣੀ ਹੈ ਆਏ ਸੈਟਰਡੇ ਹਾਂ ਜਦ ਤੱਕ ਰਿਜ਼ਲਟ ਨਹੀਂ ਆਉਂਦਾ ਨਹੀਂ ਰਿਜ਼ਲਟ ਤੋਂ ਬਾਅਦ ਵੀ ਖੇਡੂਗਾ ਰਿਜ਼ਲਟ ਤੋਂ ਬਾਅਦ ਵੀ ਖੇਡਣੀ ਆ ਹਾਂ ਪੰਜ ਸਾਲ ਕੋਈ ਇਲੈਕਸ਼ਨ ਟਾਈਮ ਥੋੜਾ ਜ਼ਿਆਦਾ ਵਿਹੜੀ ਹੁੰਦਾ ਮੈਂ ਕਿਹੜੀ ਇਲੈਕਸ਼ਨ ਦੇ ਵਿੱਚ ਜਾ ਕੇ ਛੱਡੀ ਆ ਉਦੋਂ ਮੈਂ ਖੇਡਦਾ ਸੀ ਮੈਂ ਹਰ ਸੈ ਦੇ ਇਲੈਕਸ਼ਨ ਤੋਂ ਰਿਜ਼ਲਟ ਆਉਣ ਤੋਂ ਬਾਅਦ ਵੀ ਖੇਡਦਾ ਰਹੂਗਾ ਅਮੀਤ ਅੱਛਾ ਇੱਕ ਹੋਰ ਚੀਜ਼ ਅਮੀਤ ਜੀ ਜੇਕਰ ਥੋੜੀ ਸਿਆਸੀ ਗੱਲ ਕਰ ਲਈਏ ਤਾਂ ਇਸ ਵਾਰ ਜਿਹੜੀ VOTING ਪਰਸੈਂਟੇਜ ਆ ਉਹ ਬਹੁਤ ਜ਼ਿਆਦਾ ਘਟੀ ਆ ਯਾਨੀ ਕਿ 93.75 65% VOTING ਹੋਈ ਆ ਪਿਛਲੇ 15 ਸਾਲਾਂ ਦੇ ਰਿਕਾਰਡ ਦੇ ਵਿੱਚ ਸਭ ਤੋਂ ਘੱਟ ਇਸ ਵਾਰੀ VOTING ਹੋਈ ਆ ਤੁਹਾਨੂੰ ਕੀ ਲੱਗਦਾ ਇਸ ਸਬੰਧੀ ਮੱਦੇਨਜ਼ਰ ਕਿਉਂਕਿ ਜਿਹੜੇ ਕਾਲੀ ਕਾਂਗਰਸ ਦੇ ਸਪੋਰਟਰ ਸੀਗੇ ਉਹਨਾਂ ਨੂੰ ਪਤਾ ਸੀ ਸਾਡੀ ਪਾਰਟੀ ਨੇ ਕਿਹੜਾ ਜਿੱਤਣਾ ਹੈਗਾ ਉਹ ਵੋਟ ਪਾਉਣੇ ਨਹੀਂ ਗਏ ਮੈਨੂੰ ਲੱਗਦਾ ਇਸੇ ਇਸੇ ਕਰਕੇ ਜਿਹੜੀ VOTING ਘੱਟ ਹੋਈ ਆ ਪਰ ਜਿਹੜੇ ਆਮ ਆਦਮੀ ਪਾਰਟੀ ਜਾਂ ਜਿਹੜੇ ਲੋਕ ਬਦਲਾਅ ਚਾਹੁੰਦੇ ਸੀ ਉਹ ਸਾਰੇ ਵੋਟ ਪਾ ਕੇ ਆਇਆ ਕਿਉਂਕਿ ਕੱਲ ਹੀ ਕਾਂਗਰਸ ਸਪੋਰਟਰਾਂ ਨੂੰ ਪਤਾ ਲੱਗ ਗਿਆ ਸੀ ਯਾਰ ਸਾਡੀਆਂ ਬੜੀਆਂ ਜਿੱਤਣ ਰਹੀਆਂ ਮੈਨੂੰ ਲੱਗਦਾ ਵੀ ਉਹੀ ਲੋਕ ਨੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਅੱਛਾ ਖਾਸ ਤੌਰ ਤੇ ਈਸਵਰਦੀਆ ਵਿਧਾਨ ਸਭਾ ਇਲੈਕਸ਼ਨਾਂ ਤੋਂ ਤੁਸੀਂ ਕੁਝ ਸਿੱਖਿਆ ਕਿ ਮੈਨਰੇ ਕੋ ਪਹਿਲਾਂ ਇਹ ਨਹੀਂ ਸੀ ਜਾਂ ਇਹ ਹੋਣਾ ਚਾਹੀਦਾ ਜਾਂ ਫਿਰ ਲੋਕਾਂ ਨੂੰ ਇਹ ਚੀਜ਼ ਚਾਹੀਦੀ ਸੀਗੀ ਉਹ ਮੈਂ ਕਰਨੀ ਪਾਇ ਪਿਛਲੇ 5 ਸਾਲਾਂ ਅੱਜ ਤੇ ਹੁਣ ਕਰੂੰਗਾ ਦੁਬਾਰਾ ਫੇਰ ਇਹ ਖਾਸ ਤੌਰ ਤੇ ਇਹ ਚੀਜ਼ ਦੇਖੋ ਸਰਕਾਰ ਹੈ ਨਹੀਂ ਸੀ ਸੁਪਨੇ ਬੜੇ ਸੀ ਬਰਨਾਲੇ ਲਈ ਮੇਰਾ ਤਾਂ ਪਹਿਲੇ ਦਿਨ ਤੋਂ ਆ ਵੀ ਇੱਥੇ ਮੈਡੀਕਲ ਕਾਲਜ ਆ ਜਿਹੜਾ ਉਹ ਲੈ ਕੇ ਆਉਣਾ ਹਨਾ ਇੰਡਸਟਰੀ ਲਿਸਟ ਸਾਰੇ ਬੈਠੇ ਆ ਸਾਡੇ ਇਹ ਸੀਗਾ ਵੀ ਫੋਕਲ ਪੁਆਇੰਟ ਆ ਜਿਹੜਾ ਉਹ ਲੈ ਕੇ ਆਉਣਾ ਸਾਰੇ ਜ਼ਿਲ੍ਹਿਆਂ ਚ ਫੋਕਲ ਪੁਆਇੰਟ ਆ ਬਰਨਾਲੇ ਹੈ ਨਹੀਂ ਸੋ ਮੈਡੀਕਲ ਕਾਲਜ ਵੀ ਲਿਆਵਾਂਗੇ ਫੋਕਲ ਪੁਆਇੰਟ ਵੀ ਸਰਕਾਰ ਕਿਉਂਕਿ ਬਣਨੀ ਹੈ ਲੈ ਕੇ ਆਵਾਂਗੇ ਤੇ ਜੋ ਵੀ ਬਰਨਾਲੇ ਦੇ ਦੂਰੇ ਕੰਮ ਨੇ ਉਹ ਸਾਰੇ ਕਰਾਂਗੇ ਕਿਉਂਕਿ ਬਰਨਾਲੇ ਚ 25 ਸਾਲ ਬਾਅਦ ਹੁਣ ਜਾ ਰਹੇ ਆ ਵੀ ਸਰਕਾਰ ਵੀ ਉਸੇ ਪਾਰਟੀ ਦੀ ਬਣ ਰਹੀ ਹੈ ਤੇ ਐਮ ਐਲ ਵੀ ਉਸੇ ਪਾਰਟੀ ਦਾ ਨਹੀਂ ਇਹ ਇੱਥੇ ਆਪੋਜੀਸ਼ਨ ਵਾਲਾ ਹੀ ਹੁੰਦਾ ਜ਼ਿਆਦਾਤਰ ਤੇ ਪਰ 얘ਤ ਕੀ 25 ਸਾਲ ਦਾ ਰਿਕਾਰਡ ਹੈ ਜਿਹੜਾ ਬਰਨਰ ਟੁੱਟਣ ਜਾ ਰਿਹਾ ਅੱਛਾ ਲਾਸਟ ਸਵਾਲ ਮੇਰਾ ਹੈ ਕੀ ਲੱਗਦਾ ਹੁਣ ਕਿੰਨੀ ਕੁ ਕ੍ਰੌਸਿਟੀ ਹੈ 10 ਮਾਰਚ ਨੂੰ ਲੈ ਕੇ ਹਾਲਾਂਕਿ ਹੈਗੀ ਤਾਂ ਸਾਰਿਆਂ 'ਚ ਲੇਕਿਨ ਤੁਹਾਨੂੰ ਕੀ ਲੱਗਦਾ ਹੈ ਕਿ ਜਲਦੀ ਆਵੇ ਜਾਂ ਫਿਰ ਠੀਕ ਹੈ ਯਾਰ ਵੀ ਜਿੰਨਾ ਤਾਂ ਹੈਗਾ ਹੀ ਹੈ ਕੁਛ ਹਿਸਾਬ ਦਾ ਮਨ ਦੀ ਫੀਲਿੰਗ ਨਹੀਂ ਚਲੋ ਹੁਣ ਤਾਂ ਹੁਣ 24 ਘੰਟੇ ਦਿਨ 'ਚ ਹੁੰਦੇ ਆ ਤੇ 20 ਦਿਨ ਪਿਆ ਉਹਨੇ ਟਾਈਮ ਦੇ ਨਾਲ ਹੀ ਆਉਣਾਗਾ ਹਣਾ ਪਰ ਇਹ ਹੈ ਵੀ ਜਾਸਵੰਦੇ ਨੂੰ ਉਸ ਦਿਨ ਕਲੀਅਰ ਹੋ ਜਾਊਗਾ ਵੀ ਭਗਵੰਤ ਸਿੰਘ ਮਾਨ ਪੰਜਾਬ ਦਾ ਪੁੱਤ ਆ ਜਿਹੜਾ ਵੀ ਮੁੱਖ ਮੰਤਰੀ ਜਿਹੜੇ ਆ ਬਣ ਉਹ ਜਾ ਰਹੇ ਨੇ ਤੇ ਲੱਗਦਾ ਹੈ ਕਿ ਸ਼ਾਇਦ ਜੇ ਸਰਕਾਰ ਬਣਦੀ ਹੈ ਤਾਂ ਕੈਬਨਿਟ ਦੇ ਵਿੱਚ ਵੀ ਰਹੇ ਕਿ ਮਿਲਜ ਵਿੱਚ ਜਿਸ ਹਿਸਾਬ ਨਾਲ ਚਰਚਾ ਚੱਲ ਰਹੀਆਂ ਨੇ ਚਲੋ ਉਹ ਪਾਰਟੀ ਨੇ ਦੇਖਣਾ ਹੁੰਦਾ ਹਾਈ ਕਮਾਂਡ ਨੇ ਦੇਖਣਾ ਵੀ ਕਿਹਨੂੰ ਕਿੱਥੇ ਕੀ ਜ਼ਿੰਮੇਵਾਰੀ ਦੇਣੀ ਆ ਅਸੀਂ ਤਾਂ ਮੈਂ ਗੁਰਪ੍ਰੀਤ ਜੀ ਮੰਨ ਲਓ ਕਿ ਜਦੋਂ ਤੋਂ ਪਾਰਟੀ ਬਣੀ ਐ ਉਦੋਂ ਤੋਂ ਲੱਗਿਆ ਹੋਇਆ ਫਾਊਂਡਰ ਮੈਂਬਰ ਦੇ ਵਿੱਚੋਂ ਆ ਸ਼ੁਰੂ ਤੋਂ ਲੱਗੇ ਹੋਇਆ ਤੇ ਉਦੋਂ ਦਾ ਜੇ ਇੱਛਾ ਰੱਖਦੇ ਹੋ ਕੈਬਨਟ ਦੀ ਬਜ਼ਾਰਤ ਦੀ ਨਹੀਂ ਨਹੀਂ ਕੋਈ ਅੱਛਾ ਨਹੀਂ ਮੈਂ ਤੁਸੀਂ ਮਤਲਬ ਕਿ ਕਦੇ ਸੋਚਿਆ ਵੀ ਨਹੀਂ ਸੀ ਵੀ ਮੈਂ ਕਦੇ ਐਮਐਲਏ ਬਣੂੰਗਾ ਤੇ ਨਾ ਹੀ ਮੈਂ ਯੂਪੀਐਸਸੀ ਦੀ ਤਿਆਰੀ ਛੱਡ ਕੇ ਇੱਧਰ ਲੱਗਿਆ ਸੀਗਾ ਤਿਆਰੀ ਛੱਡ ਕੇ ਨਹੀਂ ਤਿਆਰੀ ਕਰਦਾ ਕਰਦਾ ਉਦੋਂ ਇੱਕ ਐ ਸੀਗਾ ਵੀ ਵਲੰਟੀਅਰ ਕਰ ਰਹੇ ਸੀ ਵੀ ਆਰ ਕੁਝ ਚੰਗੀ ਕੋਈ ਪਾਰਟੀ ਆਈ ਹੈ ਕੁਝ ਚੇਂਜ ਹੋ ਰਿਹਾ ਆਪਾਂ ਇਹਦੀ ਸਪੋਰਟ ਕਰੀਏ ਉਹ ਤਾਂ ਚਲੋ ਪਾਰਟੀ ਨੇ ਸਾਥ ਦਿੱਤਾ ਜਾਂ ਕਹਿ ਲੋ ਪਰਮਾਤਮਾ ਨੇ ਸਾਥ ਦਿੱਤਾ ਉਸ ਤੋਂ ਬਾਅਦ ਲੋਕਾਂ ਨੇ ਸਾਥ ਦਿੱਤਾ ਪਤਾ ਨਹੀਂ ਕਿਸ ਤਰ੍ਹਾਂ ਮਤਲਬ ਕਿ ਐਕਟਿਵ ਇੰਨੇ ਹੋ ਗਏ ਵੀ ਟਿਕਟ ਮਿਲ ਗਈ ਉਸ ਤੋਂ ਬਾਅਦ ਐਮਐਲਏ ਬਣ ਗਏ ਨਾ ਸਾਡੇ ਕੋਈ ਪਰਿਵਾਰ ਚੋਂ ਪੋਲਿਟਿਕਸ 'ਚ ਹਨਾ ਕੋਈ ਨਾ ਰਿਸ਼ਤੇਦਾਰੀ ਚੋਂ ਕਦੇ ਸੋਚਿਆ ਨਹੀਂ ਸੀ ਵੀ ਐਮਐਲਏ ਬੰਨਾ ਮੈਂ ਤਾਂ ਕਹਿੰਦਾ ਜੋ ਕੁਝ ਵੀ ਮੈਨੂੰ ਲੋਕਾਂ ਨੇ ਮਾਨ ਸਨਮਾਨ ਬਖਸ਼ਦਾ ਐਮਐਲਏ ਨਾਲੋਂ ਵੱਡੀ ਕੋਈ ਹੋਰ ਪੋਸਟ ਨਹੀਂ ਹੁੰਦੀ ਵੀ ਤੁਸੀਂ 2 ਲੱਖ ਬੰਦੇ ਦੀ ਨਮਾਇੰਦਗੀ ਹੈ ਜਿਹੜੀ ਉਹ ਕਰਨੀ ਲੋਕਾਂ ਨੇ ਆਪਦੀ ਜ਼ਿੰਮੇਵਾਰੀ ਦਿੱਤੀ ਭਾਈ ਸਾਡਾ ਨਮਾਇੰਦਾ ਇਹ ਹੈ ਇਤੋਂ ਵੱਡਾ ਤਾਂ ਹੋਰ ਕੋਈ ਸਤਕਾਰ ਹੋ ਹੀ ਨਹੀਂ ਸਕਦਾ ਉਹ ਬਾਕੀ ਜਿਹੜੇ ਅਹੁਦੇ ਆ ਉਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੁੰਦਾ ਕਿਹਨੂੰ ਕੀ ਦੇਣਾ ਹੈ ਕੈਮਰਾਮੈਨ ਅੰਕੁਰ ਦੇ ਨਾਲ ਗੁਰਪ੍ਰੀਤ ਸਿੰਘ ਜੀ মিডিਆ ਬਰਨਾਲਾ